ਅੱਜ ਦੇ ਦਿਨ ਦਾ ਇਤਿਹਾਸ ਸੰਖੇਪ ਦੇ ਵਿੱਚ ਦੋ ਤਿੰਨ ਘਟਨਾਵਾਂ ਬਾਰੇ ਦੱਸ ਦਿੰਦੇ ਹਾਂ। ਬਹੁਤ ਥਾਵਾਂ ਤੇ ਆਪਾਂ ਦਿਨ ਦੇ ਇਤਿਹਾਸ ਦੀ ਕੋਈ ਖਾਸ ਘਟਨਾ ਹੁੰਦੀ ਉਹ ਦੱਸਦੇ ਰਹਿੰਦੇ, ਤੁਹਾਨੂੰ ਪਤਾ ਹੈ ਅੱਜ 1 ਦਸੰਬਰ ਹੈ, ਤੁਹਾਨੂੰ ਪਤਾ ਹੈ। ਸੋ 1 ਦਸੰਬਰ 2013 ਨੂੰ ਇੱਕ ਜਾਣੀ ਕਿ ਮਾੜੀ ਕਰਤੂਤ ਕੀਤੀ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਆਪਣੇ ਰਸਾਲੇ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਦਸਤਾਰ ਨੂੰ ਮਤਲਬ ਟੋਪੀ ਨੁਮਾ ਦਸਤਾਰ ਵਾਲੀਆਂ ਫੋਟੋਆਂ ਛਾਪੀਆਂ ਸੀ, ਯਾਦ ਹੋ ਤੁਹਾਨੂੰ। ਉਹ ਤੋਂ ਆਪਾਂ ਆਵਾਜ਼ ਉਠਾਈ ਸੀ, ਹੋਰ ਵੀ ਸਾਰੀ ਸਦੱਸੇ ਬੰਦੀਆਂ ਨੇ ਆਪਾਂ ਵੀ ਬਹੁਤ ਆਵਾਜ਼ ਉਠਾਈ ਸੀ। ਫਿਰ 20 ਦਸੰਬਰ ਨੂੰ ਰਸਾਲੇ ਦੇ ਐਡੀਟਰ ਸਿਮਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਸਾਹਿਬਜ਼ਾਦਿਆਂ ਦੀਆਂ, ਯਾਨੀ ਕਿ ਟੋਪੀ ਨੁਮਾ ਦਸਤਾਰ ਪਾ ਕੇ ਤੇ ਦੇਖਣ ਨੂੰ ਲੱਗਦਾ ਸੀ ਜਿਵੇਂ ਕਮੋਨੇ ਹੁੰਦੇ ਆ, ਹਾਂ ਕਰਤੂਤ ਵੀ ਕਰ ਚੁੱਕੇ। ਯਾਦ ਰੱਖਣਾ ਪੈਂਦਾ ਹੈ ਇਹ 1 ਦਸੰਬਰ 2013 ਵਾਲੀ ਰਸਾਲੇ ਚ ਚੱਲੀਆਂ ਸੀ। ਉਦੋਂ ਵਿਰੋਧ ਕੀਤਾ ਰਲ ਮਿਲ ਕੇ ਸੰਗਤਾਂ ਨੇ ਆਪਾਂ ਸਾਰਿਆਂ ਨੇ, ਫਿਰ ਉਹ ਐਡੀਟਰ ਨੂੰ ਵੀ ਸੰਪਾਦਕ ਨੂੰ ਵੀ ਮੁਅੱਤਲ ਕੀਤਾ ਤੇ ਮਾਫ਼ੀ ਵੀ ਮੰਗੀ ਸੀ 1 ਦਸੰਬਰ 2013। ਫਿਰ 1 ਦਸੰਬਰ 2013 ਦਾ ਐਲਾਨ ਕੀਤਾ ਸੀ ਸਰਦੂਲ ਸਿੰਘ ਕਵੀਸ਼ਰ ਨੇ ਦਿੱਲੀ ਸ਼ਹੀਦੀ ਜਥਾ ਲਿਜਾਣ ਦਾ, 1 ਦਸੰਬਰ ਨੂੰ ਸ਼ਹੀਦੀ ਜਥਾ ਜਾਊ। ਕਾਹਦੇ ਵਾਸਤੇ ਘਟਨਾ ਕੀ ਸੀ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਅੰਗਰੇਜ਼ਾਂ ਨੇ ਕੰਧ ਢਾਤੀ ਸੀ, ਜਿਹੜੇ ਇਤਿਹਾਸ ਪੜ੍ਹਦੇ ਉਹਨਾਂ ਨੂੰ ਪਤਾ ਹੈ। ਕਦੋਂ ਇਹਨਾਂ ਨੇ ਯਾਨੀ ਕਿ ਜਿਸ ਵੇਲੇ 1911 ਈਸਵੀ ਦੇ ਵਿੱਚ ਦਿੱਲੀ ਨੂੰ ਰਾਜਧਾਨੀ ਬਣਾਇਆ ਸੀ ਅੰਗਰੇਜ਼ਾਂ ਨੇ, ਪਹਿਲਾਂ ਰਾਜਧਾਨੀ ਕਲਕੱਤਾ ਹੁੰਦੀ ਸੀ ਨਾ, ਤਾਂ 1914 ਦੇ ਵਿੱਚ ਕੀ ਹੋਇਆ ਵੀ ਲਾਟ ਸਾਹਿਬ ਦੀ ਕੋਠੀ ਵੱਲ ਨੂੰ ਰਿਹਾਇਸ਼ ਗਾਹ ਵੱਲ ਨੂੰ ਕਹਿੰਦੇ ਸਿੱਧੀ ਸੜਕ ਕੱਢਣ ਵਾਸਤੇ ਕਹਿੰਦੇ ਵਿੱਚ ਸੜਕ ਦਾ ਮੋੜ ਪੈਂਦਾ ਹੈ ਤੇ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਦੀ ਕੰਧ ਢਾਤੀ ਇਹਨਾਂ ਨੇ ਸਿੱਧੀ ਸੜਕ ਬਣਾਉਣ ਵਾਸਤੇ ਲਾਟ ਸਾਹਿਬ ਦੇ ਬੰਗਲੇ ਨੂੰ ਕਹਿ ਲਓ ਰਿਹਾਇਸ਼ ਗਾਹ ਨੂੰ 1914 ਦੇ ਵਿੱਚ। ਵਿਰੋਧ ਤਾਂ ਉਹਦੀ ਬਹੁਤ ਉੱਠਿਆ, ਮਈ 1914 ਥਾਂ ਥਾਂ ਤੇ ਮੁਜ਼ਾਹਰੇ ਹੋਏ ਅੰਗਰੇਜ਼ ਸਰਕਾਰ ਦੇ ਖਿਲਾਫ, ਪਰ ਅੱਗੇ ਲੰਬਾ ਸਮਾਂ ਗੱਲ ਰੁਕ ਗਈ। ਕਿਉਂ? ਕਿਉਂਕਿ ਇਤਿਹਾਸ ਪੜ੍ਹਨ ਵਾਲੇ ਇੰਨੀ ਗੱਲ ਤੁਸੀਂ ਜਾਣਦੇ ਹੋਵੋਗੇ ਵੀ 1914 ਦੇ ਵਿੱਚ ਉੱਧਰੋਂ ਵਰਲਡ ਵਾਰ ਲੱਗ ਗਈ, ਵਿਸ਼ਵ ਯੁੱਧ ਕਹਿ ਲਓ ਪੰਜਾਬੀ ਚ, 1914 ਦਾ ਪਹਿਲਾ ਵਿਸ਼ਵ ਯੁੱਧ, ਉੱਧਰੋਂ ਵਿਸ਼ਵ ਯੁੱਧ ਲੱਗ ਗਿਆ ਤੇ ਕੰਨ ਦਾ ਮਾਮਲਾ ਵਿੱਚ ਰੁਕ ਗਿਆ। ਕਿਉਂਕਿ ਜੋ ਸਾਰੀ ਦੁਨੀਆਂ ਦੀ ਲੜਾਈ ਲੱਗ ਗਈ, ਆਪਾਂ ਕਹਿੰਦੇ ਰੁਕ ਗਈ ਇੱਕ ਵਾਰੀ ਗੱਲ, ਤਾਂ 1919 ਦੇ ਵਿੱਚ ਇਹ ਸਾਰੀ ਜੰਗ ਖਤਮ ਹੋਣ ਤੇ 20 ਦੇ ਵਿੱਚ ਫਿਰ ਮਸਲਾ ਉੱਠਿਆ। ਇਹਨਾਂ ਕੋਲ ਡੈਪੂਟੇਸ਼ਨ ਬਹੁਤ ਭੇਜੇ, ਨੁਮਾਇੰਦੇ ਕਹਿ ਲਓ ਜਥੇਬੰਦੀਆਂ ਨੇ, ਭਾਈ ਤੁਸੀਂ ਭਾਈ ਇਹ ਕੰਧ ਵਗੈਰਾ ਬਣਾ ਦਿਓ, ਬੇਨਤੀਆਂ ਬਹੁਤ ਕੀਤੀਆਂ। ਜਿਸ ਵੇਲੇ ਮਸਲਾ ਹੱਲ ਨਾ ਹੋਇਆ ਤਾਂ ਉਸ ਵੇਲੇ ਸਰਦਾਰ ਸਰਦੂਲ ਸਿੰਘ ਕਵੀਸ਼ਰ ਇਹਨਾਂ ਨੇ ਅਕਾਲੀ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ 100 ਸ਼ਹੀਦਾਂ ਦੀ ਲੋੜ ਹੈ, 100 ਸ਼ਹੀਦਾਂ ਦੀ ਲੋੜ ਹੈ ਰਕਾਬਗੰਜ ਸਾਹਿਬ ਦੀ ਕੰਧ ਬਣਾਉਣ ਵਾਸਤੇ, ਆਪਣੇ ਨਾਂ ਦਿਓ। 100 ਦੀ ਬਜਾਏ 700 ਸਿੱਖਾਂ ਨੇ ਨਾਂ ਦਿੱਤਾ ਸੀ ਉਸ ਵੇਲੇ, ਇਤਿਹਾਸ ਪੜ੍ਹ ਕੇ ਦੇਖੋ 1920 ਦੀ ਗੱਲ ਹੈ, ਸਤੰਬਰ 1920 700 ਦਾ ਨਾਂ ਆ ਗਿਆ ਤੇ ਐਲਾਨ ਕਰਤਾ ਵੀ 700 ਸਿੱਖ ਜਾ ਕੇ ਕੰਧ ਆਪ ਬਣਾਊਗਾ ਰਕਾਬਗੰਜ ਸਾਹਿਬ ਦੀ, ਜਾਂ ਕੰਧ ਬਣਾਓ ਜਾਂ ਤੁਸੀਂ ਸਾਡੇ ਗੋਲੀਆਂ ਮਾਰੋ, ਸ਼ਹੀਦੀਆਂ ਪਾਵਾਂਗੇ ਸ਼ਾਂਤਮਈ। ਜਿਸ ਵੇਲੇ ਐਲਾਨ ਕਰਤਾ ਵੀ 1 ਦਸੰਬਰ ਨੂੰ ਜਥਾ ਚੱਲਣਾ ਹੈ 1 ਦਸੰਬਰ 1920 ਨੂੰ, ਪਰ ਜਦ ਜਿਸ ਵੇਲੇ ਇਹ ਐਲਾਨ ਹੋਇਆ ਅੰਗਰੇਜ਼ ਸਰਕਾਰ ਨੇ 1 ਦਸੰਬਰ ਤੋਂ ਪਹਿਲਾਂ ਹੀ ਉਹ ਕੰਧ ਬਣਾ ਦਿੱਤੀ। ਬੋਲੋ ਸਤਨਾਮ, ਇਹ ਉਸ ਵੇਲੇ ਦਾ ਇਤਿਹਾਸ ਹੈ। ਤੀਜੀ ਘਟਨਾ ਅੱਜ ਦੇ ਦਿਨ ਹੀ ਵਾਪਰੀ, ਜਦੋਂ ਅਬਦਾਲੀ ਨੇ ਹਮਲਾ ਕੀਤਾ 7ਵਾਂ, ਕਈ ਵਾਰੀ ਹਮਲਾਵਰ ਹੋ ਕੇ ਆਇਆ ਨਾ, ਇਹ ਅਹਿਮਦ ਸ਼ਾਹ ਅਬਦਾਲੀ ਜਾਂ ਅਹਿਮਦ ਸ਼ਾਹ ਦੁਰਾਨੀ ਕੋਈ ਨਾ ਹੈ, ਦੱਸਣਾ ਪੈਂਦਾ ਕਈ ਵਾਰੀ, ਇਹ ਆਮ ਜਾਣਕਾਰੀ ਹੈ। ਤਾਂ ਤੇ ਜਿਸ ਵੇਲੇ 7ਵਾਂ ਹਮਲਾ ਕੀਤਾ ਇਹਨੇ, ਇਹ 27 ਨਵੰਬਰ ਨੂੰ ਲਾਹੌਰ ਪਹੁੰਚਿਆ ਤੇ ਉਦੋਂ ਬਾਅਦ ਫਿਰ ਅਗਲੇ 3 ਦਿਨ ਪਿੰਡਾਂ ਤੈਅ ਕਰਦਿਆਂ ਹੋਇਆ 1 ਦਸੰਬਰ ਨੂੰ ਅੰਮ੍ਰਿਤਸਰ ਸਾਹਿਬ ਪਹੁੰਚਿਆ। ਜਿਸ ਵੇਲੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤਾਂ ਇੱਥੇ 30 ਸਿੰਘਾਂ ਦਾ ਪਹਿਰਾ ਸੀ ਗੁਰਬਖਸ਼ ਸਿੰਘ ਜੀ ਲੀਲ ਵਾਲਿਆਂ ਦੀ ਅਗਵਾਈ ਦੇ ਵਿੱਚ। ਅਕਾਲ ਤਖ਼ਤ ਸਾਹਿਬ ਦੇ ਨਾਲ ਨਾ ਬੁੰਗਾ ਸੀ, ਬੁੰਗਾ ਕਹਿੰਦੇ ਰਿਹਾਇਸ਼ੀ ਇਮਾਰਤ ਨੂੰ, ਇਹਦੇ ਵਿੱਚ ਰਹਿੰਦੇ ਸੀ।
ਜਿਸ ਵੇਲੇ ਤਬਦਾਲੀ ਦੀਆਂ ਫੌਜਾਂ ਚੜ ਕੇ ਆਈਆਂ, ਅਫਗਾਨ ਫੌਜਾਂ ਨਾਲ ਬਲੋਚ ਨੇ ਕੁਝ ਬਲੋਚਾਂ ਤੇ ਅਫਗਾਨਾਂ ਦੀਆਂ ਰਲਮੀਆਂ ਫੌਜਾਂ ਕਹਿ ਲਓ, ਤਾਂ ਇਹਨਾਂ ਨੇ ਦਰਬਾਰ ਸਾਹਿਬ ਵੱਲ ਨੂੰ ਜਦੋਂ ਜਾਣ ਲੱਗੇ ਉਹ ਰੋਕਤਾ। ਤੀਹ ਸਿੰਘਾਂ ਨੇ 30,000 ਫੌਜ ਦੱਸਿਆ ਇਤਿਹਾਸ ਨੇ, 30,000 ਫੌਜ ਹੈ ਉਸ ਵੇਲੇ 30 ਸਿੰਘਾਂ ਨੇ ਰੋਕਤੇ। ਜੋ 30 ਸਿੰਘਾਂ ਨੇ ਰੋਕੇ ਗੁਰਬਖਸ਼ ਸਿੰਘ ਦੀ ਅਗਵਾਈ ਚ, ਉਹ ਪੈ ਗਏ ਸਿੰਘਾਂ ਨੂੰ। ਸਿੰਘਾਂ ਨੇ ਅੱਗੋਂ ਮੁਕਾਬਲਾ ਕੀਤਾ, ਸੈਂਕੜੇ ਹੀ ਅਫਗਾਨਾਂ ਨੂੰ ਸੋਧਾ ਲਾ ਕੇ 30 ਸਿੰਘ ਸ਼ਹੀਦੀਆਂ ਪਾ ਗਏ। 30 ਦੇ 30 ਸਿੰਘ ਸੈਂਕੜੇ ਹੀ ਅਫਗਾਨਾਂ ਨੂੰ ਸੋਧਾ ਲਾ ਕੇ ਸ਼ਹੀਦੀਆਂ ਪਾ ਗਏ। ਪਰ ਜਿਉਂਦੇ ਜਿਉਂਦੇ ਉਹਨਾਂ ਨੇ ਦਰਬਾਰ ਸਾਹਿਬ ਵੱਲ ਇਹਨਾਂ ਦੀ ਫੌਜ ਨੂੰ ਇੱਕ ਕਦਮ ਵੀ ਬਦਲ ਨਹੀਂ ਦਿੱਤਾ। ਗੁਰਬਖਸ਼ ਸਿੰਘ ਲੀਲ ਵਾਲੇ 30 ਸਿੰਘਾਂ ਦੇ ਸਮੇਤ ਅੱਜ ਦੇ ਦਿਨ 1 ਦਸੰਬਰ 1764 ਈਸਵੀ ਨੂੰ ਸ਼ਹੀਦੀਆਂ ਪਾ ਗਏ। ਤੇ ਗੁਰਬਾਣੀ ਕਹਿ ਰਹੀ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰਿਆ ਕਾਬੂ ਨਾ ਛੱਡੈ। ਇਹ ਬਾਣੀ ਦਾ ਪ੍ਰਮਾਣ ਪੜ੍ਹ ਕੇ ਫਿਰ ਸਮਾਪਤੀ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰੈ ਕਾਬੂ ਨ ਛੱਡੈ ਖੇਤ, ਪੁਰਜਾ ਪੁਰਜਾ ਘੱਟ ਮਰੈ ਕਾਬੂ ਨ ਛੱਡੈ ਖੇਤ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਵਾਹਿਗੁਰੂ। ਇਹ ਰਹਿਆ ਜੀ ਅੱਜ ਦੀਆਂ 3 ਘਟਨਾਵਾਂ ਮੇਨ ਜੋ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਗੁਰਬਖਸ਼ ਸਿੰਘ ਹੋਰਾਂ ਨੇ 30 ਸਿੰਘਾਂ ਸਮੇਤ ਸ਼ਹੀਦੀ ਪਾਉਣ ਦਾ ਵਰਣਨ ਹੈ, ਇਹ ਕਾਜੀ ਨੂਰ ਮੁਹੰਮਦ ਨੇ ਆਪਣੀ ਕਲਮਨਾ ਕੀਤਾ ਖੇਠਾਂ ਹਾਲ, ਕਿਉਂਕਿ ਕਾਜੀ ਨੂਰ ਮੁਹੰਮਦ ਨਾਲ ਆਇਆ ਸੀ, ਤੁਹਾਨੂੰ ਪਤਾ ਹੋਊ 7ਵੇਂ ਹਮਲੇ ਦੇ ਵਿੱਚ ਉਹਨੇ ਆਪ ਜਾਣੀ ਕਿ ਅੱਖੀ ਡਿੱਠਾ ਹਾਲ ਆਪਣੀ ਕਲਮਨਾ ਲਿਖਿਆ। ਰਹੋ ਵਿਚਾਰ।